ਪੰਜਾਬ ਦੀ ਰੰਗਲੀ ਧਰਤੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ। ਅੱਜ ਜ਼ਿਲ੍ਹਾ ਜਲੰਧਰ ਦੇ ਪਿੰਡ ਸੀਚੇਵਾਲ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਵਾਤਾਵਰਨ ਪ੍ਰੇਮੀ ਉਹਨਾਂ ਦੇ ਨਗਰ ਦੇ ਵਿੱਚ ਸਾਡੀ ਸਮੁੱਚੀ ਟੀਮ ਕਬੱਡੀ ਇਟਲੀ 001 ਦੀ ਸਾਰੀ ਸਾਡੀ ਟੀਮ ਪੁੱਜੀ ਹੈ, ਕਿਉਂਕਿ ਇਸ ਨਗਰ ਨੇ ਜਿੱਥੇ ਸੰਤਾਂ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ ਉੱਥੇ ਖੇਡ ਕਬੱਡੀ ਦੇ ਪ੍ਰਸਿੱਧ ਖਿਡਾਰੀਆਂ ਨੂੰ ਵੀ ਜਨਮ ਦਿੱਤਾ। ਉਹਨਾਂ ਪ੍ਰਸਿੱਧ ਖਿਡਾਰੀਆਂ ਦੇ ਵਿੱਚੋਂ ਅਸੀਂ ਅੱਜ ਭੁਪਿੰਦਰ ਸਿੰਘ ਪਿੰਦੂ ਸੀਚੇਵਾਲ ਦੇ ਨਾਲ ਦਰਸ਼ਕ ਵੀਰੋ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਭੁਪਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਅੱਜ ਤੁਸੀਂ ਸਾਨੂੰ ਮਿਲਣ ਦਾ ਮੌਕਾ ਦਿੱਤਾ। ਉਸ ਤੋਂ ਬਾਅਦ ਅਸੀਂ ਜ਼ਰੂਰ ਅੱਜ ਤੁਹਾਨੂੰ ਦਰਸ਼ਕਾਂ ਦੇ ਰੂਬਰੂ ਕਰਨ ਦੇ ਜਾ ਰਹੇ ਹਾਂ। ਥੋੜ੍ਹੀ ਤੁਹਾਡੇ ਬਾਰੇ ਜਾਣਕਾਰੀ ਦਰਸ਼ਕਾਂ ਨੂੰ ਦੇਣ ਦੇ ਲਈ ਸਾਡੇ ਮਨ ਵਿੱਚ ਆਇਆ। ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਇਹ ਦੱਸ ਦਈਏ ਵੀ ਜੇ ਆਪਾਂ ਭੁਪਿੰਦਰ ਸਿੰਘ ਕਹੀਏ ਤੇ ਸ਼ਾਇਦ ਲੋਕਾਂ ਨੂੰ ਘੱਟ ਪਤਾ ਲੱਗੇ, ਪਰ ਜੇ ਆਪਾਂ ਕਹੀਏ ਵੀ ਛੋਟੀ ਉਮਰ ਦਾ ਵੱਡੀਆਂ ਮੱਲਾਂ ਮਾਰਨ ਵਾਲਾ ਖਿਡਾਰੀ ਪਿੰਦੂ ਸੀਚੇਵਾਲ ਤੇ ਫਿਰ ਤੇ ਬੱਚਾ ਜਾਣਦਾ। ਪਿੰਦੂ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਆ? ਸਾਡੀ ਫੈਮਿਲੀ ਜੀ, ਦੋ ਭਰਾ ਵਾ ਜੀ, ਇੱਕ ਭੈਣ ਆ ਜੀ, ਤੇ ਮੰਮੀ ਡੈਡੀ ਆ, ਤੇ ਪਾਪਾ ਵਾ, ਤਾਇਆ ਤਾਈ ਜੀ। ਠੀਕ ਆ ਜੀ। ਡੈਡੀ ਜੀ ਕੀ ਨਾਮ ਆ? ਡੈਡੀ ਜੀ ਦਾ ਦਰਸ਼ਕਾਂ ਨੂੰ ਦੱਸ ਸਕਦੇ? ਦਰਬਾਰਾ ਸਿੰਘ ਜੀ। ਸਰਦਾਰ ਦਰਬਾਰਾ ਸਿੰਘ। ਮਾਤਾ ਜੀ? ਅਮਰਜੀਤ ਕੌਰ। ਮਾਤਾ ਅਮਰਜੀਤ ਕੌਰ। ਮਾਤਾ ਅਮਰਜੀਤ ਕੌਰ ਦਾ ਸਪੁੱਤਰ ਤੇ ਸਰਦਾਰ ਦਰਬਾਰਾ ਸਿੰਘ ਜੀ ਦਾ ਬੇਟਾ, ਜਿਨ੍ਹਾਂ ਨੇ ਮਤਲਬ ਮਿਹਨਤ ਕੀਤੀ, ਮਿਹਨਤ ਕਰਦੇ ਆ ਤੇ ਦਿਨੋ ਦਿਨ ਮਤਲਬ ਲੋਕਾਂ ਦੀ ਜਿਹੜੀ ਚਰਚਾ ਦੇ ਵਿੱਚ ਆ ਰਹੇ ਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਕਬੱਡੀ ਦੀ ਸਟਾਰਟਿੰਗ ਕਿੱਦਾਂ ਕੀਤੀ, ਤੁਹਾਡੇ ਮਨ ਵਿੱਚ ਕਿੱਦਾਂ ਆਇਆ ਕਿ ਮੈਂ ਇੱਕ ਕਬੱਡੀ ਦਾ ਵਧੀਆ ਖਿਡਾਰੀ ਬਣਨਾ? ਸਾਡੇ ਪਿੰਡ ਜੀ ਟੂਰਨਾਮੈਂਟ ਹੋਣਾ ਦਾ ਜੀ। ਠੀਕ ਹੈ ਜੀ। ਉੱਥੋਂ ਮੈਂ ਦੇਖ ਕੇ ਹੀ ਖੇਡਣ ਲੱਗਾ, ਮੇਰਾ ਭਰਾ ਵੀ ਖੇਡਦਾ ਜੀ ਵਾਹਿਗੁਰੂ, ਉਹਦੇ ਵੱਲ ਦੇਖ ਕੇ ਹੀ ਖੇਡਣ ਲੱਗਾ। ਵਾਹਿਗੁਰੂ ਸੀਚੇਵਾਲ। ਮਤਲਬ ਦੁਨੀਆਂ ਤੇ ਉਹ ਕਰਮਾਂ ਵਾਲੇ ਮਾਂ ਬਾਪ ਆ, ਜਿਸ ਪਰਿਵਾਰ ਚੋਂ ਜਿਸ ਮਾਂ ਬਾਪ ਦੇ ਦੋ ਬੇਟੇ ਖੇਡਦੇ ਹੋ, ਤੁਸੀਂ ਵੀ ਉਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਆ ਕਿ ਜਿੱਥੇ ਵਾਹਿਗੁਰੂ ਸੀਚੇਵਾਲ ਤੁਹਾਡਾ ਇਹ ਵੱਡੇ ਬ੍ਰਦਰ ਆ ਤੁਹਾਡੇ ਕਿ ਛੋਟੇ? ਹਾਂਜੀ ਬਾਈ, ਉਹ ਤੁਹਾਡੇ ਤੋਂ ਵੱਡੇ ਆ, ਤੁਸੀਂ ਉਹਨਾਂ ਤੋਂ ਛੋਟੇ। ਤੁਸੀਂ ਸਭ ਤੋਂ ਪਹਿਲਾਂ ਕਿਹੜੀ ਕਲਾਸ ਵਿੱਚ ਪੜ੍ਹਦੇ ਨੇ ਕਬੱਡੀ ਦੀ ਜਿਹੜੀ ਸਟਾਰਟਿੰਗ ਕੀਤੀ? ਮੈਂ ਜੀ ਪੰਜਵੀਂ ਕਲਾਸ ਵਿੱਚ ਪੜ੍ਹਦਾ ਜੀ। ਪੰਜਵੀਂ ਕਲਾਸ ਵਿੱਚ ਪੜ੍ਹਦੇ ਨੇ ਤੁਸੀਂ ਸ਼ੁਰੂ ਕੀਤੀ, ਕਿੰਨਾ ਭਾਰ ਸੀ ਉਦੋਂ ਪਿੰਦੂ ਜੀ ਤੁਹਾਡਾ? ਮੇਰਾ ਜੀ 30 ਕਿਲੋ ਭਾਰ ਸੀ ਉਦੋਂ ਜੀ। 30 ਕਿਲੋ ਭਾਰ ਤੋਂ ਸਟਾਰਟਿੰਗ ਕੀਤੀ, ਫਿਰ 35, 40, 42, ਕਿਉਂਕਿ ਤੁਹਾਡੇ ਆਪਣੇ ਨਗਰ ਵਿੱਚ ਮਾਂ ਖੇਡ ਕਬੱਡੀ ਦੇ ਮੇਰਾ ਖਿਆਲ ਇੱਕ ਸਾਲ ਵਿੱਚ 3 ਤੋਂ 4 ਵਾਰੀ ਇਹ ਖੇਡ ਮੇਲੇ ਜਿਹੜੇ ਇਹ ਹੋ ਜਾਂਦੇ ਆ, ਦੁਨੀਆਂ ਵਿੱਚ ਇਸ ਚੀਜ਼ ਦੀ ਚਰਚਾ ਆ ਵੀ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਜਿੱਥੇ ਵਾਤਾਵਰਨ ਪ੍ਰੇਮੀ ਹੈ ਉੱਥੇ ਖੇਡਾਂ ਦੇ ਵੀ ਪ੍ਰੇਮੀ ਆ। ਖੇਡਾਂ ਬੜੀਆਂ ਤਗੜੀਆਂ ਕਰਾਉਂਦੇ ਆਪਣੇ ਨਗਰ ਵਿੱਚ ਤੇ ਸਾਫ਼ ਸਫਾਈ ਦੇ ਵਿੱਚ ਵੀ ਜਿੱਦਾਂ ਬੜਾ ਉਹਨਾਂ ਦਾ ਇੱਕ ਅਹਿਮ ਰੋਲ ਹੈ ਆਪਣੇ ਇਸ ਰੰਗਲੇ ਪੰਜਾਬ ਦੀ ਧਰਤੀ ਤੇ। ਅੱਛਾ, ਤੁਸੀਂ ਪੰਜਵੀਂ ਕਲਾਸ ਵਿੱਚ ਪੜ੍ਹਦੇ ਨੇ ਖੇਡਣੀ ਸ਼ੁਰੂ ਕਰ ਦਿੱਤੀ, ਜਦੋਂ ਤੁਸੀਂ ਖੇਡਣੀ ਸ਼ੁਰੂ ਕੀਤੀ ਤੁਸੀਂ ਕਿਸ ਖਿਡਾਰੀ ਨੂੰ ਦੇਖ ਕੇ ਸ਼ੁਰੂ ਕੀਤੀ, ਕਿਹਦੇ ਖਿਡਾਰੀ ਨੂੰ ਦੇਖ ਕੇ ਤੁਹਾਡਾ ਮਨ ਬਣਿਆ ਕਿ ਮੈਂ ਵੀ ਇੱਕ ਕਬੱਡੀ ਦਾ ਵਧੀਆ ਖਿਡਾਰੀ ਬਣਨਾ? ਮੇਰਾ ਭਰਾ ਸਾਡੇ ਪਿੰਡ ਜੀ ਬਹੁਤ ਜਣੇ ਜੀ ਖੇਡਦੇ ਹੁੰਦੇ ਸੀਗੇ ਜੀ, ਮੈਂ ਜੀ ਨਿੱਕਾ ਜਿਹਾ ਹੁੰਦਾ ਜੀ, ਉਦੋਂ ਤਾਂ ਗਰਾਊਂਡ ਹੀ ਜਾਣ ਲੱਗ ਪਿਆ ਬਈ, ਇੱਦਾਂ ਹੀ ਸ਼ੁਰੂ ਬਾਅਦ ਵੀ ਖੇਡਣ ਲੱਗ ਪਿਆ ਜੀ। ਮਤਲਬ ਪਿੰਡ ਵਿੱਚ ਖਿਡਾਰੀ ਸੀਗੇ, ਤੁਹਾਡੇ ਬ੍ਰਦਰ ਵੀ ਸੀਗੇ, ਤੁਹਾਡੇ ਮਨ ਚ ਪਿੰਦੂ ਜੀ ਇਹੀ ਗੱਲ ਕਿਉਂਕਿ ਆਈ ਵੀ ਮੈਂ ਇੱਕ ਜਾਫੀ ਬਣਨਾ? ਹਾਂਜੀ। ਇਹਦਾ ਕੀ ਰਾਜਾ? ਸਾਨੂੰ ਦਰਸ਼ਕਾਂ ਨੂੰ ਉਹ ਜ਼ਰੂਰ ਜਾਣਕਾਰੀ ਦਵੋ ਵੀ ਤੁਸੀਂ ਇੱਕ ਨਾ ਵਧੀਆ ਜਾਫੀ ਬਣੇ, ਪਰ ਤੁਹਾਡੇ ਮਨ ਚ ਕਿੱਦਾਂ ਆਇਆ ਕਿ ਮੈਂ ਇੱਕ ਵਧੀਆ ਜਾਫੀ ਬਣਨਾ? ਮੈਂ ਜੀ ਆਪਣੇ ਭਰਾ ਦੇ ਕੇ ਹੀ ਜਾਫੀ ਬਣਿਆ ਜੀ। ਹਾਂ, ਤੁਹਾਡੇ ਬ੍ਰਦਰ ਜਿਹੜੇ ਵਾਹਿਗੁਰੂ ਸੀਚੇਵਾਲ, ਉਹ ਵੀ ਇੱਕ ਬਹੁਤ ਵਧੀਆ ਖਿਡਾਰੀ ਆ, ਵਧੀਆ ਨੇਕ ਇਨਸਾਨ ਆ, ਜਦ ਵੀ ਮਿਲਦੇ ਆ ਬੜੇ ਪਿਆਰ ਦੇ ਨਾਲ ਮਿਲਦੇ। ਅੱਛਾ, ਜਦੋਂ ਤੁਸੀਂ ਖੇਡਣਾ ਸ਼ੁਰੂ ਕਰ ਦਿੱਤਾ, ਬ੍ਰਦਰ ਵੀ ਖੇਡਦੇ ਸੀ, ਤੁਸੀਂ ਵੀ ਖੇਡਣ ਲੱਗ ਪਏ, ਤੇ ਘਰ ਦੇ ਕਈ ਰੁਝੇਵੇਂ ਵੀ ਹੁੰਦੇ, ਕੰਮ ਕਾਰ ਵੀ ਹੁੰਦੇ, ਕਈ ਵਾਰੀ ਏਦਾਂ ਹੋਇਆ ਵੀ ਘਰਦਿਆਂ ਨੇ ਕਿਹਾ ਵੀ ਹੁਣ ਇੱਕ ਜਣਾ ਖੇਡਦਾ ਦੂਜਾ ਜਣਾ ਘਰ ਦਾ ਕੰਮ ਕਰ ਲਓ? ਕਈ ਕੰਮਾਂ ਵਿੱਚ ਘਰਦੇ ਲੱਤੇ ਖਿੱਚਦੇ ਰਹਿੰਦੇ ਆ ਕਿ ਆਹ ਕੰਮ ਕਰ ਲਓ, ਆਹ ਕੰਮ ਕਰ ਲਓ, ਹਜੇ ਜ਼ਿੰਦਗੀ ਚ ਬਹੁਤ ਟਾਈਮ ਪਿਆ, ਫੇਰ ਖੇਡ ਲਿਓ। ਘਰੋਂ ਸਪੋਰਟ ਸੀਗੀ, ਇੱਕ ਜੀ ਬਾਬਾ ਜੀ ਦੀ ਬਹੁਤ ਸਪੋਰਟ ਸੀਗੀ ਜੀ।
ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ, ਉਹਨਾਂ ਦੀ ਸਪੋਰਟ ਸੀ, ਉਹਨਾਂ ਦੇ ਆਸ਼ੀਰਵਾਦ ਸੀ, ਉਹਨਾਂ ਦੇ ਆਸ਼ੀਰਵਾਦਾਂ ਦੇ ਨਾਲ ਤੁਸੀਂ ਮਿਹਨਤ ਕਰਦੇ ਰਹੇ ਤੇ ਦਿਨੋ ਦਿਨ ਦਿਨੋ ਦਿਨ ਦਿਨੋ ਦਿਨ। ਮੈਨੂੰ ਇੱਕ ਗੱਲ ਜ਼ਰੂਰ ਦੱਸੋ ਕਿ ਤੁਸੀਂ ਇਸ ਖੇਡ ਕਬੱਡੀ ਦੇ ਵਿੱਚ ਆਪਣੇ ਮਤਲਬ ਉਸਤਾਦ ਕਹਿੰਦੇ ਹੁੰਦੇ ਨਾ ਕਿ ਗੁਰੂ ਬਿਨਾਂ ਗੱਤ ਨੀ ਤੇ ਸ਼ਾਹ ਬਿਨਾਂ ਪੱਤ ਨੀ, ਹੈਨਾ? ਕਿਉਂਕਿ ਗੁਰੂ ਤਾਂ ਕਿਸੇ ਕੰਮ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ, ਜੇ ਆਪਣਾ ਗੁਰੂ ਨਹੀਂ ਆਪਾਂ ਨੂੰ ਮਤਲਬ ਆਪਾਂ ਖੇਡਣ ਲੱਗ ਪਈਦਾ, ਜਾਂ ਹੋਰ ਕਿਸੇ ਵੀ ਫੀਲਡ ਵਿੱਚ ਦੇਖ ਲਓ। ਪਰ ਕੋਈ ਆਪਾਂ ਨੂੰ ਇਹੋ ਜਿਹਾ ਇਨਸਾਨ ਚਾਹੀਦਾ ਹੁੰਦਾ ਜਿਹੜਾ ਆਪਾਂ ਨੂੰ ਗਾਈਡ ਕਰੇ। ਤੁਹਾਨੂੰ ਗਾਈਡ ਕਰਨ ਦੇ ਵਿੱਚ ਅਹਿਮ ਰੋਲ ਕਿਹਨਾਂ ਦਾ ਰਿਹਾ, ਤੁਸੀਂ ਉਹਨਾਂ ਦਾ ਨਾਮ ਦੱਸ ਸਕਦੇ? ਜਿਵੇਂ ਮਨਜਿੰਦਰ ਭਾਈ ਜੀ, ਸਾਡੇ ਸੀਨੀਅਰ ਪਲੇਅਰ ਜੀ ਪੈਂਦੇ, ਮਨਜਿੰਦਰ ਸੀਚੇਵਾਲ ਜੀ, ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਵੀ ਖੇਡਦੇ ਆ, ਇਸੇ ਨਗਰ ਦਾ ਮਾਣ ਆ ਤੇ ਸਾਡੀ ਖੇਡ ਕਬੱਡੀ ਦੇ ਬਹੁਤ ਟੋਪਰ ਖਿਡਾਰੀ ਆ, ਜਿਹੜੇ ਐਨਆਰਆਈ ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਥੰਮ ਖਿਡਾਰੀ ਕਹਿ ਸਕਦੇ ਆਪਾਂ, ਬਤੌਰ ਧਾਵੀ ਦੁਨੀਆਂ ਦੇ ਵਿੱਚ ਇੱਕ ਨਾਮ ਆ ਉਹਨਾਂ ਦਾ। ਅੱਛਾ, ਉਹਨਾਂ ਨੇ ਤੁਹਾਨੂੰ ਗਾਈਡੈਂਸ ਦਿੱਤੀ? ਹਾਂਜੀ, ਤੇ ਗੁਰਪ੍ਰੀਤ ਸਰ ਜੀ ਸੌਰ ਸਿੰਘ ਤੋਂ, ਉਹ ਸਾਡੇ ਕੋਚ ਨੇ ਜੀ, ਉਹ ਮਿਹਨਤ ਕਰਾਉਂਦੇ ਸਨ ਜੀ। ਗੁਰਪ੍ਰੀਤ ਸੌਰ ਸਿੰਘ ਵਾਲੇ, ਅੱਛਾ, ਉਹਨਾਂ ਨੇ ਤੁਹਾਨੂੰ ਮਿਹਨਤ ਕਰਵਾਈ ਤੇ ਦਾਪ ਵਿੱਚ ਤੁਹਾਨੂੰ ਫਿਰ ਪਿੰਡ ਤੋਂ ਹੀ ਤੁਹਾਡੇ ਨਗਰ ਦਾ ਮਹਾਨ ਖਿਡਾਰੀ, ਹੈਨਾ, ਉਹਦੀ ਵੀ ਦੁਨੀਆਂ ਵਿੱਚ ਚਰਚਾ। ਉਸ ਤੋਂ ਬਾਅਦ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿੱਦਾਂ ਜਿੱਦਾਂ ਤੁਹਾਨੂੰ ਮਤਲਬ ਦੱਸਦੇ ਗਏ, ਤੁਸੀਂ ਓਦਾਂ ਓਦਾਂ ਆਪਣੀ ਖੇਡ ਦੇ ਵਿੱਚ ਨਿਖਾਰ ਲਿਆਉਂਦੇ ਗਏ, ਦੁਨੀਆਂ ਵਿੱਚ ਚਰਚਾ ਇਸ ਗੱਲ ਦੀ ਵੀ ਬਣੀ ਵੀ ਜਿੱਥੇ ਵਾਹਿਗੁਰੂ ਵਧੀਆ ਟੌਪ ਦਾ ਖਿਡਾਰੀ, ਉੱਥੇ ਪਿੰਦੂ ਵੀ ਅੱਜ ਕੱਲ ਖੇਡ ਮੈਦਾਨਾਂ ਵਿੱਚ ਟੌਪ ਦੇ ਜੱਫੇ ਲਾਉਂਦਾ। ਕਿੰਨੇ ਕੱਪਾਂ ਦੇ ਹੁਣ ਤੱਕ ਤੁਸੀਂ ਬੈਸਟ ਹੋ ਚੁੱਕੇ, ਕੋਈ ਯਾਦ ਆ? ਹਾਂਜੀ ਬਈ, ਦਾਕ ਜਿਹੜਾ ਟੂਰਨਾਮੈਂਟਾਂ ਦਾ ਮੈਂ ਬੈਕ ਨਿਕਲ ਜੀ ਜੀ। ਸਭ ਤੋਂ ਪਹਿਲਾਂ ਕਿਹੜੇ ਨਗਰ ਵਿੱਚ ਤੁਸੀਂ ਬੈਸਟ ਬਣੇ ਤੇ ਤੁਹਾਨੂੰ ਮਤਲਬ ਕਿੰਨੀ ਕੁ ਖੁਸ਼ੀ ਹੋਈ ਮਨ ਦੇ ਵਿੱਚ? ਮੈਂ ਜੀ ਬਰਨਾਲੇ ਮੋਟਰਸਾਈਕਲ ਜਿੱਤੇ ਸੀ ਜੀ, ਜੀਰੇ ਲਾਗੇ ਬਰਨਾਲਾ। ਕਿਹੜੇ ਸਨ ਦੀ ਗੱਲ ਆ ਪਿੰਦੂ ਜੀ? ਮੈਂ ਜੀ 17 ਜਿੱਤੇ ਸੀ, 2017 ਵਿੱਚ ਬੈਸਟ ਬਣ ਕੇ ਮੋਟਰਸਾਈਕਲ ਜਿੱਤੇ। ਹਾਂਜੀ ਬਈ, ਮਨ ਫੇ ਬਾਗੋ ਬਾਗ ਹੋ ਗਿਆ, ਘਰੇ ਵੀ ਫੋਨ ਕਰ ਦਿੱਤਾ, ਅੱਜ ਕੱਲ ਲਾਈਵ ਵੀ ਚੱਲਦਾ ਵੀ ਬੈਸਟ ਬਣਿਆ, ਮੁਬਾਰਕਾਂ ਮਿਲੀਆਂ, ਮਾਤਾ ਨੇ ਵੀ ਫੇ ਦਰਵਾਜੇ ਤੇਲ ਚੋ ਕੇ ਮੋਟਰਸਾਈਕਲ ਵੀ, ਪੁੱਤ ਮੇਰਾ ਅੱਜ ਬੈਸਟ ਬਣ ਕੇ ਆਇਆ। ਕਿੰਨੀ ਕੁ ਖੁਸ਼ੀ ਹੋਈ ਦਰਸ਼ਕਾਂ ਨੂੰ ਦੱਸ ਸਕਦੇ ਹੋ? ਦਿਨ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ, ਬੜਾ ਮਨ ਖੁਸ਼ ਹੋਇਆ, ਮਤਲਬ ਮੁਬਾਰਕਾਂ ਵੀ ਮਿਲੀਆਂ। ਜਦੋਂ ਕਿਸੇ ਕੰਮ ਵਿੱਚ ਆਪਾਂ ਮਿਹਨਤ ਕਰਦੇ ਹਾਂ ਤੇ ਆਪਾਂ ਨੂੰ ਕਾਮਯਾਬੀ ਮਿਲਦੀ ਆ ਤੇ ਮਨ ਤੇ ਫਿਰ ਖੁਸ਼ ਹੁੰਦਾ, ਹੋਰ ਮਿਹਨਤ ਕਰਨ ਨੂੰ ਦਿਲ ਕਰਦਾ। ਮਤਲਬ ਜਿਸ ਤਰ੍ਹਾਂ ਮੈਂ ਅਕਸਰ ਦੇਖਦਾ ਖੇਡ ਮੇਲਿਆਂ ਤੇ ਵੀ ਦੁਨੀਆਂ ਵਿੱਚ ਦੋ ਖਿਡਾਰੀ ਇਹੋ ਜਿਹੇ ਹੁੰਦੇ ਜਿਹਨਾਂ ਦਾ ਆਪਸ ਵਿੱਚ ਇੱਕ ਕੁਦਰਤੀ ਪਿਆਰ ਹੁੰਦਾ, ਜਿਹਨਾਂ ਦੀ ਇੱਕ ਜੋੜੀ ਪ੍ਰਸਿੱਧ ਹੋ ਜਾਂਦੀ। ਜੇ ਗੱਲ ਕਰੀਏ ਹੁਣ ਆਪਾਂ ਵੀ ਮੰਗੀ ਬੱਗੇ ਦੀ ਜੋੜੀ ਮਲਸੀਆਂ ਵਾਲੇ ਕੁਲਜੀਤ ਦੇ ਨਾਲ ਚਰਚਾ ਵਿੱਚ ਆਈ, ਜੇ ਆਪਾਂ ਗੱਲ ਕਰੀਏ ਅਗਲ ਪੁਰੀਏ ਗੋਲੀ ਦੀ ਖੀਰਾ ਵਾਲੀ ਸਿੱਪੀ ਦੇ ਨਾਲ ਜੋੜੀ ਪ੍ਰਸਿੱਧ ਹੋਈ, ਸਾਬੀ ਮੱਲੀਆਂ ਵਾਲੇ ਦੀ ਜੋੜੀ ਜਿਹੜੀ ਢੰਡ ਵਾਲੀ ਏ ਆਪਣੇ ਵਿੱਕੀ ਦੇ ਨਾਲ ਪ੍ਰਸਿੱਧ ਹੋਈ, ਇਸੇ ਤਰ੍ਹਾਂ ਮਤਲਬ ਤੁਹਾਡੀ ਮੈਂ ਇੱਕ ਗੱਲ ਕਰਦਾ ਹੁੰਦਾ ਕਿ ਪਿੰਦੂ ਤੇ ਮੱਲੀਆਂ ਦਾ ਮਨੀ ਜਿਹਨਾਂ ਦੀ ਜੋੜੀ ਬੜੀ ਪ੍ਰਸਿੱਧ ਆ ਵੀ ਬੜਾ ਪਿਆਰ ਆ ਇਹਨਾਂ ਦਾ, ਤੇ 2019 ਦੇ ਵਿੱਚ ਮਨੀ ਨੇ ਇੱਕ ਜੱਫਾ ਲਾਇਆ 7,50,000 ਦਾ, ਤੇ ਤੁਸੀਂ ਉਹਦੇ ਬਾਰੇ ਮਤਲਬ ਜਦੋਂ ਤੁਹਾਨੂੰ ਪਤਾ ਲੱਗਾ ਵੀ ਮੇਰੇ ਜਿਗਰੀ ਯਾਰ ਨੇ ਇਹ ਇੰਨਾ ਵਧੀਆ ਜੱਫਾ ਲਾ ਕੇ ਦੁਨੀਆਂ ਵਿੱਚ ਵਹਿਜਾ ਵਹਿਜਾ ਕਰਾਈ, ਤੇ ਤੁਹਾਨੂੰ ਮਤਲਬ ਕਿਹੋ ਜਿਹਾ ਮਹਿਸੂਸ ਹੋਇਆ ਵੀ ਤੁਸੀਂ ਤਾਂ ਫੋਨ ਕਰਕੇ ਜ਼ਰੂਰ ਉਹਦੇ ਮੁਬਾਰਕਾਂ ਦਿੱਤੀਆਂ ਹੋਣ? ਮੈਂ ਤਾਂ ਭਾਈ ਉਹਦੇ ਫੋਨ ਕਰਤਾ ਜੀ, ਬੜੀ ਖੁਸ਼ੀ ਉਹ ਜੀ ਕਿ ਨਾਲ ਦਾ ਭਰਾ ਜੀ ਵੱਡਾ ਨਾ ਆਪਣੇ ਇਹ ਰਿਕਾਰਡ ਤੋੜਿਆ ਉਹਨੇ ਜੀ, ਰਿਕਾਰਡ ਤੋੜਤਾ ਇੱਕ, ਮਤਲਬ ਪੰਜਾਬ ਦੇ ਕਬੱਡੀ ਕੱਪਾਂ ਤੇ ਕਦੇ ਵੀ ਇੰਨਾ ਮਹਿੰਗਾ ਜੱਫਾ ਹਜੇ ਤੱਕ ਨਹੀਂ ਲੱਗਾ ਸੀ, ਜਿਹੜਾ ਮਨੀ ਮੱਲੀਆਂ ਵਾਲੇ ਦੇ ਨਾਂ ਪਰਮਾਤਮਾ ਜਿਹਨੇ ਤੇ ਕਰੇ ਕਰਾਵੇ ਆਪੇ ਆਪ, ਮਾਨਸ ਦੇ ਕੇ ਕੁਝ ਨਹੀਂ ਆ, ਤਾਂ ਕਰਨ ਕਰਾਉਣ ਵਾਲਾ ਤਾਂ ਮਾਲਕ ਹੀ ਆ, ਇੱਕ ਆਪਣੀ ਕੋਸ਼ਿਸ਼ ਹੈ ਇੱਕ ਮਿਹਨਤ ਹੈ, ਤੇ ਜਿੱਥੇ ਮਿਹਨਤ ਆ ਤੇ ਉੱਥੇ ਤੇ ਵੀ ਰਹਿਮਤਾਂ ਮਾਲਕ ਦੀਆਂ ਹੁੰਦੀਆਂ ਹੀ ਆ। ਹੁਣ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗਾ ਕਿ ਤੁਹਾਡੇ ਮਨ ਪਸੰਦੀ ਦੇ ਇੱਕ ਰੇਡਰ ਤੇ ਇੱਕ ਜਾਪੀ, ਉਹ ਦੋ ਖਿਡਾਰੀ ਕਿਹੜੇ? ਸਭ ਤੋਂ ਪਹਿਲਾਂ ਤੁਸੀਂ ਆਪ ਖੁਦ ਜਾਪੀ ਆ, ਤੋ ਤੁਹਾਨੂੰ ਕਿਹੜੇ ਖਿਡਾਰੀ ਦੀ ਜਾਪ ਲੈਣ ਸਭ ਤੋਂ ਵਧੀਆ ਲੱਗਦੀ ਆ, ਵੀ ਤੁਹਾਡਾ ਦਿਲ ਕਰਦਾ ਵੀ ਮੈਂ ਇਹਦੇ ਵਾਂਗੂ ਡਾ ਮਾਰਾਂ, ਮੈਂ ਇਹਦੇ ਵਰਗਾ ਬਣਾ? ਪੰਮਾ ਫਤਿਹਪੁਰੀ ਆ ਜੀ, ਪੰਮਾ ਫਤਿਹਪੁਰੀ ਆ, ਹਾਂਜੀ ਬਈ, ਤੇ ਉਡਣਾ ਕਾਲਾ ਸੰਘਿਆ, ਤੇ ਉਡਣਾ ਕਾਲਾ ਸੰਘਿਆ, ਹਾਂਜੀ ਬਈ, ਬਹੁਤ ਵਧੀਆ ਖਿਡਾਰੀ ਆ, ਨਾਮੀ ਖਿਡਾਰੀ ਆ, ਹਾਂਜੀ ਬਈ, ਪੰਮਾ ਫਤਿਹਪੁਰੀ ਆ ਬੜਾ ਨਿਮਰਤਾ ਵਾਲਾ ਖਿਡਾਰੀ ਹੈ, ਹਾਂਜੀ ਬਈ, ਤੇ ਉਡਣਾ ਕਾਲੇ ਸੰਘਿਆ ਵਾਲਾ ਅਕਸਰ ਕੈਨੇਡਾ, ਹਾਂਜੀ ਬਈ, ਯੂਰਪ, ਹੋਰ ਬਹੁਤ ਸਾਰੇ ਮੁਲਕਾਂ ਵਿੱਚ ਉਡਣਾ ਕਾਲੇ ਸੰਘਿਆ ਵਾਲਾ ਖੇਡਦਾ, ਤੇ ਰੇਡਰ ਤੁਹਾਡੇ ਕਿਹੜੇ ਮਨਪਸੰਦੀ ਦੇ ਜਿਨ੍ਹਾਂ ਨੂੰ ਤੁਹਾਨੂੰ ਦੇਖ ਕੇ ਵਧੀਆ ਲੱਗਦੀ ਖੇਡਦੇ? ਰੇਡਰ ਜੀ 75 ਭਾਈ ਤਾਜਪੁਰੀ ਆ, ਤੇ ਬਾਂਟੀ ਭਾਈ, ਬਾਂਟੀ ਟਿੱਬੇ ਵਾਲਾ ਤੇ ਵਿਚਿੱਤਰ ਤੁਹਾਡੇ ਆਪਣੇ ਇਸ ਏਰੀਏ ਦਾ ਤਾਜਪੁਰ ਦਾ, ਹਾਂਜੀ ਬਈ। ਹੋਰ ਮੈਂ ਤੁਹਾਨੂੰ ਇੱਕ ਇਹ ਜ਼ਰੂਰ ਪੁੱਛਣਾ ਚਾਹਾਂਗਾ ਕਿ ਜਿਹੜੇ ਤੁਹਾਡੇ ਤੋਂ ਛੋਟੇ ਖਿਡਾਰੀ ਆ
ਤੁਹਾਡੇ ਉਹਨਾਂ ਬਾਰੇ ਕੀ ਵਿਚਾਰ ਆ ਵੀ ਮਤਲਬ ਜਦੋਂ ਤੁਹਾਡੇ ਤੋਂ ਕੁਝ ਪੁੱਛਣ ਆਉਂਦੇ ਜਾਂ ਸਿੱਖਣ ਆਉਂਦੇ ਤੇ ਤੁਹਾਨੂੰ ਕਿੱਦਾਂ ਲੱਗਦਾ ਵੀ ਕਿ ਅੱਜ ਮੈਨੂੰ ਮੈਂ ਕਦੇ ਪੁੱਛਦਾ ਹੀ ਤੇ ਅੱਜ ਮੈਨੂੰ ਪੁੱਛ ਰਿਹਾ ਮੇਰੇ ਤੋਂ ਜਿਹੜੇ ਜੂਨੀਅਰ ਖਿਡਾਰੀ ਆ ਉਸ ਟਾਈਮ ਤੁਹਾਨੂੰ ਕਿਹੋ ਜਿਹਾ ਫੀਲ ਹੁੰਦਾ? ਬਹੁਤ ਵਧੀਆ ਬਈ ਫੀਲ ਹੁੰਦਾ ਜੀ ਕਿ ਮਿਹਨਤ ਦਾ ਹੀ ਮੁੱਲ ਮਿਲਿਆ ਜੀ ਕਿ ਲੋਕੀ ਪੁੱਛਦੇ ਆ ਜੀ। ਮਿਹਨਤ ਦਾ ਮੁੱਲ ਮਿਲਿਆ ਮਤਲਬ ਬਹੁਤ ਸਾਰਾ ਇੱਕ ਵਧੀਆ ਮਨ ਨੂੰ ਇੱਕ ਸਕੂਨ ਆਉਂਦਾ ਵੀ ਚੱਲ ਅਸੀਂ ਕਿਸੇ ਤੋਂ ਸਿੱਖਦੇ ਸੀ ਪੁੱਛਦੇ ਅੱਜ ਕੋਈ ਸਾਨੂੰ ਉਹ ਚੀਜ਼ ਪੁੱਛ ਲਿਆ। ਹਾਂਜੀ ਬਈ ਬਹੁਤ ਵਧੀਆ ਲੱਗਾ ਪਿੰਦੂ ਜੀ ਤੁਹਾਡੇ ਨਾਲ ਮਿਲ ਕੇ। ਪਿੰਦੂ ਜੀ ਬਾਕੀ ਚਲੋ ਬਹੁਤ ਸਾਰੇ ਕਬੱਡੀ ਕੱਪਾਂ ਦੇ ਤੁਸੀਂ ਵੈਸਟ ਰਹੇ ਆ ਤੇ ਬੜਾ ਮਨ ਨੂੰ ਖੁਸ਼ੀ ਮਿਲਦੀ ਹੈ ਜਦੋਂ ਬੰਦਾ ਕਿਤੇ ਵੀ ਵੈਸਟ ਜਾਂ ਵਧੀਆ ਪਰਫਾਰਮ ਕਰਦਾ ਪਰ ਨਲ ਦੀ ਧਰਤੀ ਤੇ ਜਦੋਂ ਵੀ ਕੋਈ ਵੈਸਟ ਬਣਦਾ ਉੱਥੇ ਮਤਲਬ ਕਿ ਘੋੜੇ ਦਿੱਤੇ ਜਾਂਦੇ ਆ ਚਾਹੇ ਜਲਾਲਪੁਰੀਏ ਪਾਲੇ ਦੀ ਗੱਲ ਕਰ ਲਈਏ ਚਾਹੇ ਹੋਰ ਵੀ ਨਾਮੀ ਖਿਡਾਰੀ ਜਿਹੜੇ ਜਦੋਂ ਉੱਥੋਂ ਤੁਸੀਂ ਘੋੜਾ ਦਿੱਤਿਆ ਕਿੰਨੇ ਮਤਲਬ ਜੱਫੇ ਲਾ ਕੇ ਤੁਸੀਂ ਬੈਸਟ ਬਣੇ ਤੇ ਮਨ ਨੂੰ ਮਤਲਬ ਇੱਕ ਵੱਖਰਾ ਜਿਹੜਾ ਕਹਿੰਦੇ ਹੁੰਦੇ ਆ ਕਿ ਸਵਾਦ ਪੰਜਾਬੀ ਚ ਕਹਿੰਦੇ ਸਵਾਦ ਜਿਹਾ ਆ ਗਿਆ ਵੀ ਅੱਜ ਖੇਡੇ ਸੀ ਤਾਂ ਖੇਡਣ ਦਾ ਸਵਾਦ ਆ ਗਿਆ। ਮੈਂ ਬਈ 8 ਜੱਫੇ ਲੈ ਗਈ ਉੱਥੇ ਜੀ 8 ਜੱਫੇ ਲਾ ਕੇ ਘੋੜਾ ਜਿੱਤਿਆ ਸੀ ਤੇ ਰੀਝ ਸੀਗੀ ਘੋੜਾ ਜਿੱਤਣ ਦੀ ਮੇਰੀ ਤੇ ਮੇਰੇ ਵੱਡੇ ਭਰਾ ਦੀ ਜੀ ਵਾਹਿਗੁਰੂ ਦੀ ਰੀਝ ਸੀਗੀ ਇੱਕ ਵਾਰੀ ਘੋੜਾ ਜਿੱਤਣਾ ਜੀ ਇੱਕ ਵਾਰੀ ਘੋੜਾ ਜਿੱਤਣਾ ਮਨ ਦੀ ਇੱਕ ਰੀਝ ਸੀ। ਹਾਂਜੀ ਬਈ ਕਿੰਦੂ ਜੀ ਤੁਸੀਂ ਦੱਸਾਂ ਦੇ ਦਰਸ਼ਕਾਂ ਨੂੰ ਇਹ ਤੁਹਾਡੀ ਰੀਝ ਜਿਹੜੀ ਕਿੰਨੇ ਸਾਲ ਦੀ ਏਜ ਹੋ ਗਈ ਜਿਹਦੇ ਵਿੱਚ ਰੀਝ ਮਾਲਕ ਨੇ ਪੂਰੀ ਕਰ ਦਿੱਤੀ ਕਿੰਨੀ ਏਜ ਹੋ ਗਈ ਹੁਣ ਤੱਕ? ਮੈਂ ਬਈ 19 ਸਾਲਾਂ ਦਾ ਹੋ ਗਿਆ। 19 ਸਾਲ ਹੀ ਲਗਭਗ ਤੁਹਾਡੀ ਜਿਹੜੀ ਏਜ ਹੋ ਚੁੱਕੀ ਆ। ਹਾਂਜੀ ਬਈ ਤੇ ਇਹੀ ਕਹਿੰਦੇ ਏਜ ਹੁੰਦੀ ਆ ਜ਼ਿੰਦਗੀ ਦੇ ਵਿੱਚ ਚਾਹੇ ਆਪਣੇ ਆਪ ਨੂੰ ਆਪਾਂ ਚੰਗੇ ਕੰਮਾਂ ਲਈ ਤੋਰ ਲਈਏ ਚਾਹੇ ਮਾੜੇ ਕੰਮਾਂ ਲਈ ਇਹੀ ਜਿਹੜੀ ਏਜ ਹੁੰਦੀ ਆ ਇਸੀ ਏਜ ਵਿੱਚ ਹੀ ਆਪਣਾ ਜ਼ਿੰਦਗੀ ਦੇ ਵਿੱਚ ਇੱਕ ਜਿਹੜਾ ਮਿਹਨਤ ਕਰਨ ਦਾ ਟਾਈਮ ਹੁੰਦਾ ਤੇ ਅੱਗੇ ਵਧਣ ਦਾ ਟਾਈਮ ਹੁੰਦਾ। ਹਾਂਜੀ ਬਈ 19 ਸਾਲ ਦੀ ਏਜ ਵਿੱਚ ਤੁਸੀਂ ਘੋੜਾ ਜਿੱਤ ਕੇ ਆਪ ਵੀ ਖੁਸ਼ ਹੋਏ ਤੇ ਤੁਹਾਡੇ ਵੱਡੇ ਵੀਰ ਵਾਹਿਗੁਰੂ ਸੀਚੇਵਾਲ ਉਹ ਵੀ ਖੁਸ਼ ਹੋਏ। ਇੱਕ ਮੈਂ ਹੋਰ ਤੁਹਾਨੂੰ ਜ਼ਰੂਰੀ ਗੱਲ ਜਿਹੜੀ ਪੁੱਛਣੀ ਚਾਹਾਂਗਾ ਮੈਨੂੰ ਗੱਲਾਂ ਕਰਦਿਆਂ ਕਰਦਿਆਂ ਤੋਂ ਦਿਮਾਗ ਵਿੱਚ ਆ ਗਈ ਵੀ 2019 ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਬਾਜਾਂਵਾਲੀ ਦੀ ਜਨਮ ਭੂਮੀ ਜਿੱਥੇ ਹਰ ਸਾਲ ਜ਼ਿਲ੍ਹਾ ਚੈਂਪੀਅਨ ਹੁੰਦੀ ਆ ਤੇ ਜਿਹਨੇ ਜਲੰਧਰ ਦੀ ਟੀਮ ਦਾ ਜਿਹੜਾ ਹਰ ਸਾਲ ਹੀ ਬਹੁਤ ਵੱਡੀ ਪਰਫਾਰਮ ਹੁੰਦੀ ਆ ਐਸੇ ਸਾਲ ਥੋੜੇ ਖਿਡਾਰੀ ਨਹੀਂ ਖੇਡ ਪਾਏ ਚਲੋ ਕਈ ਹੋ ਜਾਂਦੀਆਂ ਮਤਲਬ ਜ਼ਰੂਰੀ ਪ੍ਰੋਬਲਮਸ ਹੋ ਜਾਂਦੀ ਆ ਪਰ ਤੁਸੀਂ ਉੱਥੇ ਕਿਉਂ ਨਹੀਂ ਪਹੁੰਚ ਚੁੱਕੇ ਦਰਸ਼ਕਾਂ ਵਿੱਚ ਸੀ ਵੀ ਪਿੰਦੂ ਵੀ ਸੀਚੇਵਾਲੀ ਆ ਇਸ ਚੈਂਪੀਅਨਸ਼ਿਪ ਦੇ ਵਿੱਚ ਖੇਡੇਗਾ ਪਰ ਤੁਸੀਂ ਨਜ਼ਰ ਨਹੀਂ ਆਏ ਉੱਥੇ ਉਹਦਾ ਕੀ ਰੀਜ਼ਨ ਹੋਇਆ ਕਿ ਤੁਸੀਂ ਨਹੀਂ ਖੇਡ ਪਾਏ? ਮੈਂ ਬਈ ਖੇਡਣਾ ਸੀਗਾ ਮੇਰਾ ਪੇਪਰ ਸੀ ਜੀ 20 ਤਰੀਕ ਨੂੰ। 20 ਤਰੀਕ ਨੂੰ ਤੁਹਾਡਾ ਪੇਪਰ ਸੀ? ਹਾਂਜੀ ਬਈ ਪੇਪਰ ਵੀ ਜ਼ਰੂਰੀ ਸੀ। ਹਾਂਜੀ ਬਈ ਖੇਡਣਾ ਵੀ ਜ਼ਰੂਰੀ ਸੀ ਇੱਕ ਪਾਸੇ ਜ਼ਿੰਦਗੀ ਦੇ ਵਿੱਚ ਜਿਹੜੀ ਪੜ੍ਹਾਈ। ਹਾਂਜੀ ਬਈ ਕਹਿੰਦੇ ਹੁੰਦੇ ਆ ਕਿ ਨੋ ਨੌਲੇਜ ਵਿਦਾਊਟ ਕਾਲਜ ਮਤਲਬ ਕਿ ਜੇ ਜ਼ਿੰਦਗੀ ਦੇ ਵਿੱਚ ਆਪਾਂ ਸਿੱਖਣਾ ਨੌਲੇਜ ਚਾਹੀਦੀ ਤੇ ਪੜ੍ਹਾਈ ਜ਼ਰੂਰੀ ਚਾਹੀਦੀ ਆ ਉਹ ਤੁਹਾਡੀ ਜਿਹੜੀ ਚਲੋ ਮਤਲਬ ਕਿ ਪੇਪਰ ਵੀ ਜ਼ਰੂਰੀ ਸੀਗਾ ਤੁਸੀਂ ਨਹੀਂ ਪਹੁੰਚ ਪਾਏ ਤੇ ਹੋਰ ਇੱਕ ਇਹ ਮੈਂ ਤੁਹਾਨੂੰ ਲਾਟ ਤੇ ਜ਼ਰੂਰ ਗੱਲ ਪੁੱਛਣੀ ਚਾਹਾਂਗਾ ਕਿ ਹੋਰ ਹੁਣ ਤੁਹਾਡੇ ਮਨ ਦੀ ਕਿਹੜੀ ਰੀਝ ਆ ਕਿ ਜਿਹੜਾ ਮਤਲਬ ਤੁਸੀਂ ਚਾਹੁੰਦੇ ਆ ਕਿ ਪਰਮਾਤਮਾ ਜਲਦੀ ਮੇਰੇ ਮਨ ਦੀ ਰੀਝ ਪੂਰੀ ਕਰੇ ਵੀ ਮਤਲਬ ਅਕਸਰ ਖਿਡਾਰੀਆਂ ਦੀ ਸੋਚ ਹੁੰਦੀ ਆ ਮੈਂ ਵਿਦੇਸ਼ਾਂ ਦੇ ਵਿੱਚ ਖੇਡਾਂ। ਹਾਂਜੀ ਤੁਹਾਡਾ ਕੀ ਖਿਆਲ ਆ ਮਤਲਬ ਉਸ ਚੀਜ਼ ਤੇ? ਆਪਣਾ ਭਾਈ ਇਹ ਵਿਚਾਰ ਹੈ ਕਿ ਬਾਹਰ ਖੇਡ ਕੇ ਆਈਏ ਜੀ। ਚਲੋ ਸੱਚੇ ਪਾਤਸ਼ਾਹ ਜੋ ਤੁਹਾਡੀ ਸੋਚ ਆ ਜਿੱਦਾਂ ਪਹਿਲਾਂ ਤੁਹਾਡੀ ਮਿਹਨਤ ਨੂੰ ਰੰਗ ਲਾਏ ਹੋਰ ਮਿਹਨਤ ਕਰੋ ਤੇ ਹੋਰ ਜ਼ਿੰਦਗੀ ਵਿੱਚ ਕਾਮਯਾਬ ਹੋਵੋ ਸਾਡੀ ਗੁੱਡ ਵਿਸ਼ਿਜ ਆ ਤੁਹਾਡੇ ਲਈ ਆ ਸਾਡੀ ਟੀਮ ਕਬੱਡੀ ਇਟਲੀ 001 ਵੱਲੋਂ ਤੁਹਾਡਾ ਸਵਾਗਤ ਹੈ ਇੱਥੇ ਅਸੀਂ ਅੱਜ ਦਰਸ਼ਕਾਂ ਤੋਂ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।